ਬਟਾਰਾ ਪੁਲਿਸ ਅਧੀਨ ਪੈਂਦੇ ਕਸਬਾ ਕੁਮਾਨ ਵਿਖੇ 1000 ਰੁਪਏ ਦੇ ਲੈਣ-ਦੇਣ ਪਿੱਛੇ 22 ਸਾਲਾ ਨੌਜਵਾਨ ਅਜੇ ਕੁਮਾਰ ਦਾ ਤੇਜ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀ ਦੇ ਕਹਿਣ ਮੁਤਾਬਕ ਅਜੇ ਕੁਮਾਰ ਜੋ ਕਿ ਪਿੰਡ ਵਿਲਾ ਬਜ਼ੂ ਦਾ ਰਹਿਣ ਵਾਲਾ ਸੀ ਅਤੇ ਉਸਨੇ ਕੁਮਾਨ ਦੇ ਰਹਿਣ ਵਾਲੇ ਸਾਹਿਲ ਕੋਲੋਂ 1000 ਰੁਪਏ ਲੈਣੇ ਸਨ ਅਤੇ ਸਾਹਿਲ ਨੇ ਉਸ ਨੂੰ ਉਸ ਦੇ ਰੁਪਏ ਦੇ ਲੈ ਕੁਮਾਨ ਬੁਲਾ ਲਿਆ। ਕੁਮਾਨ ਦੇ ਸਾਸਨ ਘਰ ਦੇ ਨਜ਼ਦੀਕ ਇਹਨਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਸਾਹਿਲ ਅਤੇ ਉਸ ਦੇ ਭਰਾ ਨੇ ਚਾਕੂ ਮਾਰ ਕੇ ਅਜੇ ਦਾ ਕਤਲ ਕਰ ਦਿੱਤਾ ਘਟਨਾ ਨੂੰ ਦੇਖਦੇ ਹੋਏ ਬਿਆਨਾਂ ਦੇ ਆਧਾਰ ਤੇ ਸਾਹਿਲ ਅਤੇ ਉਸਦੇ ਭਰਾ ਤੇ ਆਈਪੀਸੀ ਧਾਰਾ 302 ਦੇ ਤਹਿਤ ਕਤਲ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਫਰਾਰ ਕਾਤਰਾਂ ਨੂੰ ਪકડਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਬਾਈਟ ਜਸਪਾਲ ਸਿੰਘ ਐਸਐਚਓ थाना ਕੁਮਾਨ ਨਾ ਸਟਾਰ ਟੀਵੀ ਦੀ ਇਹ ਰਿਪੋਰਟ ਜਿਆਦਾ ਰਿਕਾਰਡਿੰਗ ਹੈ ਜੀ ਹੁਣ ਕੀ ਪਤਾ ਹੈ ਇਹ ਨੂੰ ਝੂਠ ਬੋਲਣ ਦਾ ਕਿ ਉਹ ਝੂਠ ਬੋਲ ਸਾਹਿਲ ਦੇ ਮਾਰਾ ਮੈਂ ਇਨਸਪੈਕਟਰ ਜਸਵੰਤ ਜੀ ਐਸ.ਟੀ.ਓ. ਚ ਕਮਾਨਾ ਆ ਸਾਡੇ ਕੋਲ ਇਨਫੋਰਮੇਸ਼ਨ ਆਈ ਪੀ ਇੱਥੇ 사ਸੰਗ ਘਾਰਿਆ ਰਾਜ ਸੁਆਮੀ ਦਾ ਉਹਦੇ ਲੈ ਕੇ ਕੋਈ ਝਗੜਾ ਹੋਇਆ ਉਹ ਪਤਾ ਕੀਤਾ ਉਹ ਇੱਕ ਅਜੀਤ ਕੁਮਾਰ ਦਾ ਨਾਂ ਦਾ ਮੁੰਡਾ ਹੈ ਉਹਨੇ 1000 ਰੁਪਿਆ ਲੈਣਾ ਸੀ ਇਥੋਂ ਸਾਹਿਲ ਨਾਂ ਦੇ ਮੁੰਡੇ ਕੋਲੋਂ ਕਮਾਨਾ ਤੋਂ ਉਹਨੇ ਬੁਲਾਇਆ ਵੀ ਪੈਸੇ ਲੈ ਜਾ ਤੇ ਹੁਣ ਤੱਕ ਦੀ ਇਨਫੋਰਮੇਸ਼ਨ ਮੁਤਾਬਕ ਉਹ ਆਪਣੇ ਪੈਸੇ ਲੈਣ ਆਇਆ ਸੀ ਤੇ ਉਹਨਾਂ ਦੀ ਕਿਸੇ ਗੱਲ ਤੋਂ ਝਗੜਾ ਕਰ ਹੀ ਹੋ ਗਈ ਤੇ ਉਹ ਸਾਹਿਲ ਨੇ ਤੇ ਨਾਲ ਉਹਦਾ ਭਰਾ ਸੀ ਦੂਜਾ ਉਹਨਾਂ ਨੇ ਇਹਦੇ ਅਜੀਤ ਕੁਮਾਰ ਦੇ ਚਾਕੂ ਮਾਰਤਾ ਇਹਨੂੰ ਹਸਪੀਟਲ ਲੈ ਕੇ ਆਏ ਪਹਿਲੋਂ ਕਮਾਨ ਲੈ ਕੇ ਗਏ ਸੀ ਉਤੋਂ ਨਾ ਰੈਫਰ ਸਿਵਲ ਹਸਪੀਟਲ ਬਟਾਲੇ ਦਾ ਕਰਤਾ ਤੇ ਇੱਥੇ ਆ ਕੇ ਉਹਦੀ ਡੈਥ ਹੋ ਗਈ ਹੈ ਇਹਦੀ ਕਿੰਨੀ ਉਮਰ ਹੈ ਇਹਦੀ ਕਰੀਬ ਕਲੀਅਰ ਤਾਂ ਨਹੀਂ ਪਤਾ 22-23 ਸਾਲ ਦਾ ਲੱਗਦਾ ਹੈ ਉਹ ਕੋਈ ਤੇ ਆਉਂਦੇ ਨਾ ਪੇਰੈਂਟਸ ਆਉਂਦੇ ਫਿਰ ਕਰਦੇ ਪਤਾ ਕਲੀਅਰ ਮਾਰਨ ਵਾਲੇ ਰਿਸ਼ਤੇਦਾਰ ਹੀ ਹੈ ਮਾਰਨ ਵਾਲੇ ਜਿਹੜੇ ਇਹਦੀ ਮਰਨ ਵਾਲੇ ਦੀ ਮਾਸੀ ਹੈ ਉਹ ਮਾਰਨ ਵਾਲੇ ਦੀ ਚਾਚੀ ਲੱਗਦੀ ਹੈ ਕਿੰਨੇ ਵਾਰ ਹੋਇਆ ਇਹ ਦੇਖੋ ਜੀ ਆਹ ਦੇਖੀਆ ਬੋਡੀ ਦੇਖੀਆ ਦੋ ਵਾਰ ਲੱਗਦੇ ਆ ਤੇ ਪੇਟ ਤੇ ਲੱਗੇ ਤੁਹਾਡੇ ਨਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜੀ ਦੇਖੋ ਕਾਰਵਾਈ ਜੋ ਬੰਦੀ ਹੈ ਮਰਡਰਸ ਮਰਦਰੀ ਹੈ ਇਹ ਕਤਲ ਕਿਹੜੀ ਜਗ੍ਹਾ ਤੇ ਹੋਇਆ ਹੈ ਇਹ ਕਮਾਂਡ ਕਮਾਂਡ ਸਾਸਨ ਕਰਦੇ ਲੱਗੇ ਉੱਥਾ ਰਹੇ ਕਿਸ ਨੂੰ ਹਾਂਜੀ ਰਹਨ ਵਾਲਾ ਕਿੱਥੋਂ ਦਾ ਇਹ ਵੀਲਾਪੁਰ ਦਾ ਵੀਲਾਪੁਰ ਪਿੰਡ ਨਾਲ ਹੀ ਕਮਾਂਡ ਦੇ ਉੱਥੋਂ ਦਾ